ਦਿਨਕਰ ਗੁਪਤਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਚੁਣੇ ਜਾਣ ਤੋਂ ਬਾਅਦ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੂੰ ਗਾਰਡ ਆਫ ਆਨਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸੁਰੇਸ਼ ਅਰੋੜਾ ਨੂੰ ਸਲਾਮੀ ਦਿੰਦੇ ਹੋਏ ਉਹਨਾਂ ਦੀ ਗੱਡੀ ਤੱਕ ਪਹੁੰਚਾਇਆ ਗਿਆ, ਜਿੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਸੁਰੇਸ਼ ਅਰੋੜਾ ਦੀ ਗੱਡੀ ਨੂੰ ਇੱਕ ਡੋਲੀ ਵਾਂਗ ਵਿਦਾ ਕੀਤਾ। ਤੁਸੀਂ ਵੀ ਦੇਖੋ ਇਹ ਖਾਸ ਤਸਵੀਰਾਂ। ਪੰਜਾਬ ਦੇ ਵਿੱਚ ਨਵੇਂ ਡੀ ਜੀ ਪੀ ਨਿਯੁਕਤ ਕੀਤੇ ਗਏ ਨੇ। ਦਿਨਕਰ ਗੁਪਤਾ ਨੂੰ ਨਵਾਂ ਡੀ ਜੀ ਪੀ ਬਣਾਇਆ ਗਿਆ ਅਤੇ ਤੁਸੀਂ ਸਾਫ ਵੇਖ ਸਕਦੇ ਹੋ ਕਿ ਇਸ ਸਮੇਂ ਸਾਬਕਾ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਗਾਰਡ ਆਫ ਆਨਰ ਦਿੱਤਾ ਜਾ ਰਿਹਾ, ਪੂਰੇ ਸਨਮਾਨ ਨਾਲ ਉਹਨਾਂ ਨੂੰ ਇੱਥੋਂ ਵਿਦਾ ਕੀਤਾ ਜਾ ਰਿਹਾ। ਤੁਸੀਂ ਸਾਫ ਵੇਖ ਸਕਦੇ ਹੋ ਕਿ ਪੂਰੇ ਜਿਹੜਾ ਸਨਮਾਨ ਹੈ ਪੁਲਿਸ ਦਾ ਉਹ ਦਿੱਤਾ ਜਾ ਰਿਹਾ। ਗਾਰਡ ਆਫ ਆਨਰ ਪੁਲਿਸ ਹੈੱਡਕੁਆਰਟਰ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਤੁਸੀਂ ਸਾਫ ਵੇਖ ਸਕਦੇ ਹੋ ਕਿ ਇੱਥੇ ਜਿਹੜੇ ਪੁਲਿਸ ਅਧਿਕਾਰੀ ਹੈ ਜਿਹੜੇ ਇੱਥੇ ਆਏ ਹੋਏ, ਉਹਨਾਂ ਨਾਲ ਜਿਹੜੇ ਨਵੇਂ ਡੀ ਜੀ ਪੀ ਉਹ ਵੀ ਉਹਨਾਂ ਨਾਲ ਜਿਹੜੇ ਮੰਚ 'ਤੇ ਮੌਜੂਦ ਨੇ। ਤੁਸੀਂ ਸਾਫ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਸੁਰੇਸ਼ ਅਰੋੜਾ ਨੂੰ ਜਿਹੜਾ ਗਾਰਡ ਆਫ ਆਨਰ ਦਿੱਤਾ ਜਾ ਰਿਹਾ। ਇੱਕ ਅਧਿਕਾਰੀ ਜਿਹੜੇ ਕਿ ਤਕਰੀਬਨ ਉਹਨਾਂ ਨੇ 36 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ, ਜੋ ਰਿਟਾਇਰ ਹੋ ਰਹੇ ਨੇ। ਤੁਸੀਂ ਸਾਫ ਵੇਖ ਸਕਦੇ ਹੋ ਕਿ ਇਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਸਾਰੇ ਪੁਲਿਸ ਦੇ ਅਧਿਕਾਰੀ ਇੱਥੇ ਮੌਜੂਦ ਰਹੇ ਨੇ, ਨਵੇਂ ਡੀ ਜੀ ਪੀ ਉਹਨਾਂ ਨਾਲ। ਤੁਸੀਂ ਸਾਫ ਵੇਖ ਸਕਦੇ ਹੋ ਕਿ ਦੋਨਾਂ ਦੇ ਚਿਹਰੇ 'ਤੇ ਹਾਲਾਂਕਿ ਖੁਸ਼ੀ ਨਜ਼ਰ ਆ ਰਹੀ ਹੈ ਅਤੇ ਕਾਫੀ ਭਾਵੁਕ ਪਲ ਹੈ ਇੱਕ ਅਧਿਕਾਰੀ ਲਈ ਕਿ ਇੰਨੇ ਸਾਲ ਜਿਹੜੀ ਪੁਲਿਸ ਦੀ ਨੌਕਰੀ ਕੀਤੀ ਅਤੇ ਅਜੇ ਉੱਥੋਂ ਅਜੇ ਜਾ ਰਹੇ। ਕਾਫੀ ਖੁਸ਼ ਤੁਸੀਂ ਸਾਫ ਵੇਖ ਸਕਦੇ ਹੋ ਦੋਨਾਂ ਦੇ ਚਿਹਰੇ 'ਤੇ ਖੁਸ਼ੀ ਹੈ। ਸੁਰੇਸ਼ ਅਰੋੜਾ ਜਿਹੜੇ ਕਿ ਸਾਬਕਾ ਡੀ ਜੀ ਪੀ ਹੈ ਉਹ ਅੱਜ ਇੱਥੋਂ ਜਾ ਰਹੇ। ਤੁਸੀਂ ਸਾਫ ਵੇਖ ਸਕਦੇ ਹੋ ਕਿ ਨਵੇਂ ਡੀ ਜੀ ਪੀ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਰਹੇ ਨੇ ਇੱਥੇ। ਕਾਫੀ ਇੱਕ ਤਰੀਕੇ ਨਾਲ ਇੱਕ ਆਖਰੀ ਪਲ ਤੁਸੀਂ ਸਾਫ ਵੇਖ ਸਕਦੇ ਹੋ ਕਿ ਅਧਿਕਾਰੀ ਜਿਹੜੇ ਕਿ ਆਪਣੇ ਸਾਬਕਾ ਅਧਿਕਾਰੀਆਂ ਨਾਲ ਜਿਹੜੇ ਮਿਲ ਰਹੇ ਨੇ। ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇੱਕ ਅਧਿਕਾਰੀ ਦਾ ਪਲ ਕਿਸ ਕਿਸੇ ਦਾ ਇੱਕ ਸੁਨੇਹਾ ਪਲ ਹੈ, ਕਿਉਂਕਿ ਤਕਰੀਬਨ 36 ਸਾਲ ਪੁਲਿਸ ਦੀ ਨੌਕਰੀ ਕੀਤੀ ਹੈ ਅਤੇ 3.5 ਸਾਲ ਪੁਲਿਸ ਦੇ ਸਭ ਤੋਂ ਵੱਡੇ ਅਹੁਦੇ 'ਤੇ ਯਾਨੀ ਕਿ ਡੀ ਜੀ ਪੀ ਦੇ ਪਦ ਤੋਂ ਹੁਣ ਰਿਟਾਇਰ ਹੋ ਰਹੇ ਨੇ। ਹਾਲਾਂਕਿ ਇਹਨਾਂ ਨੂੰ ਤਾਂ ਸਰਕਾਰ ਵੱਲੋਂ 1 ਸਾਲ ਦੀ ਐਕਸਟੈਂਸ਼ਨ ਹੋਰ ਦਿੱਤੀ ਗਈ ਸੀ, ਲੇਕਿਨ ਇਹਨਾਂ ਨੇ ਅੱਗੇ ਕੰਮ ਆਪਣਾ ਵਧਾਉਣ ਤੋਂ ਮਨਾ ਕਰ ਦਿੱਤਾ। ਤੁਸੀਂ ਸਾਫ ਵੇਖ ਸਕਦੇ ਹੋ ਕਿ ਸਾਰਿਆਂ ਨਾਲ ਇੱਥੋਂ ਮਿਲ ਕੇ ਇੱਥੋਂ ਨਿਕਲ ਰਹੇ ਨੇ ਅਤੇ ਅਧਿਕਾਰੀ। ਅਸੀਂ ਜਦੋਂ ਸੁਰੇਸ਼ ਅਰੋੜਾ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਅੱਜ ਤੋਂ ਬਾਅਦ ਉਹ ਸੈਲੀਬ੍ਰੇਸ਼ਨ ਕਰਨਗੇ। ਕਾਫੀ ਅੱਜ ਉਹਨਾਂ ਲਈ ਇੱਕ ਜਿਹੜਾ ਪਲ ਹੈ ਕਾਫੀ ਬੇਹੱਦ ਕਹਿ ਸਕਦੇ ਭਾਵੁਕ ਪਲ ਵੀ ਹੈ, ਕਿਉਂਕਿ ਵੱਡੀ ਇੱਕ ਉਹਨਾਂ ਨੇ ਸਮਾਂ ਜਿਹੜਾ ਪੁਲਿਸ ਦੀ ਨੌਕਰੀ ਦੇ ਵਿੱਚ ਗੁਜ਼ਾਰਿਆ ਅਤੇ ਪੰਜਾਬ ਪੁਲਿਸ ਦੀ ਬਾਰੀਕੀਆਂ ਬਾਰੇ ਡੀ ਜੀ ਪੀ ਸੁਰੇਸ਼ ਅਰੋੜਾ ਹਰ ਪੱਖੋਂ ਜਾਣਕਾਰ ਸੀਗੇ ਅਤੇ ਅੱਜ ਉਹਨਾਂ ਨੇ ਆਪਣੀ ਨਵੀਂ ਜ਼ਿੰਮੇਦਾਰੀ ਜਿਹੜੇ ਨਵੇਂ ਡੀ ਜੀ ਪੀ ਹੈ ਦਿਨਕਰ ਗੁਪਤਾ ਨੂੰ ਸੌਂਪ ਦਿੱਤੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਦਿੱਤਿਆ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।